My grandmother always went to school with me because the school was attached to the temple. मेरे दादी जी हमेशा मेरे नाल स्कूल जांदे क्योंकि स्कूल अते गुरुद्वारा इकट्ठे ही सन. The priest taught us the alphabet and the morning prayer. ਉਥੋਂ ਦੇ ਗ੍ਰੰਥੀ ਸਾਨੂੰ ਊੜਾੜਾ ਸਿਖਾਉਂਦੇ ਅਤੇ ਸਵੇਰ ਦੀ ਪ੍ਰਾਰਥਨਾ ਵੀ ਸਿਖਾਉਂਦੇ. While the children sat in rows on either side of the veranda singing the alphabet or the prayer in chorus. ਜਦ ਤੱਕ ਕਿ ਬੱਚੇ ਵਰਾਂਡੇ ਦੇ ਦੋਨੋਂ ਪਾਸੇ ਬੈਠਦੇ ਤੇ ਇਕੱਠੇ ਊੜਾ ਐੜਾ ਅਤੇ ਪ੍ਰਾਰਥਨਾ ਕਰਦੇ. ਮਾਈ ਗ੍ਰੈਂਡਮਦਰ ਸੈਟ ਇਨਸਾਈਡ ਰੀਡਿੰਗ ਦਾ ਸਕ੍ਰਿਪਚਰਸ. ਮੇਰੇ ਦਾਦੀ ਜੀ ਗੁਰਦੁਆਰੇ ਅੰਦਰ ਬੈਠ ਕੇ ਪਾਠ ਕਰਦੇ. When we had both finished, ਜਦੋਂ ਅਸੀਂ ਦੋਨੋਂ ਆਪਣਾ ਆਪਣਾ ਕੰਮ ਖਤਮ ਕਰ ਲੈਂਦੇ ਸਾਂ, we would walk back together. ਅਸੀਂ ਇਕੱਠੇ ਘਰ ਵਾਪਸ ਜਾਂਦੇ. This time, the village dogs would meet us at the temple door. ਇਸ ਸਮੇਂ ਪਿੰਡ ਦੇ ਕੁੱਤੇ ਸਾਨੂੰ ਗੁਰਦੁਆਰੇ ਦੇ ਦਰਵਾਜ਼ੇ ਤੇ ਮਿਲ ਜਾਂਦੇ. They followed us to our home, growling and fighting with each other for chapatis that we threw to them. ਉਹ ਇੱਕ ਦੂਜੇ ਨਾਲ ਲੜਦੇ, ਇੱਕ ਦੂਜੇ ਨੂੰ ਗੁਰਾਂਦੇ, ਕਾਹਦੇ ਵਾਸਤੇ? ਜਿਹੜੀਆਂ ਚਪਾਤੀਸ ਅਸੀਂ ਉਹਨਾਂ ਵਾਸਤੇ ਲੈ ਕੇ ਆਏ ਸੀ ਤੇ ਉਹਨਾਂ ਅੱਗੇ ਸੁੱਟਦੇ ਸੀ. When my parents were comfortably settled in the city, they sent for us. ਜਦੋਂ ਮੇਰੇ ਮੰਮੀ ਡੈਡੀ ਬੜੇ ਵਧੀਆ ਤਰੀਕੇ ਨਾਲ ਸ਼ਹਿਰ ਵਿੱਚ ਸੈਟਲ ਹੋ ਗਏ ਤਾਂ ਉਹਨਾਂ ਨੇ ਸਾਨੂੰ ਵੀ ਬੁਲਾਇਆ. That was a turning point in our friendship. ਇਹ ਮੇਰੀ ਅਤੇ ਦਾਦੀ ਮਾਂ ਦੀ ਫਰੈਂਡਸ਼ਿਪ ਦੇ ਵਿੱਚ ਇੱਕ ਮੋੜ ਸੀ. Although we shared the same room, my grandmother no longer came to school with me. ਚਾਹੇ ਹੁਣ ਅਸੀਂ ਇਕੱਠੇ ਸ਼ਹਿਰ ਵਿੱਚ ਇੱਕ ਕਮਰੇ 'ਚ ਰਹਿੰਦੇ ਸੀ, ਪਰ ਮੇਰੇ ਦਾਦੀ ਜੀ ਹੁਣ ਮੇਰੇ ਨਾਲ ਸਕੂਲ ਨਹੀਂ ਆਉਂਦੇ ਸਨ. I used to go to an English school in a motor bus. Main aksar English medium school vich hun bus te jaya karda si. There were no dogs in the streets. ਉੱਥੇ ਹੁਣ ਗਲੀ ਵਿੱਚ ਕੋਈ ਕੁੱਤੇ ਨਹੀਂ ਸਨ. ਐਂਡ ਸ਼ੀ ਟੁੱਕ ਟੂ ਫੀਡਿੰਗ ਸਪੈਰੋਸ ਇਨ ਦਾ ਕੋਰਟਯਾਰਡ ਫੋਰ ਆਵਰ ਸਿਟੀ ਹਾਊਸ. ਅਤੇ ਉਹਨਾਂ ਨੂੰ ਹੁਣ ਸਾਡੇ ਸ਼ਹਿਰ ਵਾਲੇ ਘਰ ਦੇ ਵਿਹੜੇ ਵਿੱਚ ਚਿੜੀਆਂ ਨੂੰ ਹੀ ਦਾਣੇ ਖਵਾਉਣੇ ਪੈਂਦੇ. ਐਸ ਈਅਰਸ ਰੋਲਡ ਬਾਏ, ਸਾਲ ਦਰ ਸਾਲ ਬੀਤਦੇ ਗਏ, ਵੀ ਸਾ ਲੈਸ ਆਫ ਈਚ ਅਦਰ. ਅਸੀਂ ਇੱਕ ਦੂਜੇ ਨੂੰ ਘੱਟ ਹੀ ਮਿਲਦੇ ਸਾਂ. ਉਹ ਸਮ ਟਾਈਮ ਸ਼ੀ ਕੰਟੀਨਿਊਡ ਟੂ ਵੇਕ ਮੀ ਅਪ ਐਂਡ ਗੈਟ ਮੀ ਰੈਡੀ ਫੋਰ ਸਕੂਲ. ਕਦੀ ਕਦੀ ਉਹ ਇਹ ਰੂਟੀਨ ਜਾਰੀ ਰੱਖਦੇ ਕਿ ਮੈਨੂੰ ਉਠਾਉਣਾ ਅਤੇ ਸਕੂਲ ਲਈ ਤਿਆਰ ਕਰਨਾ. When I came back, ਜਦੋਂ ਮੈਂ ਘਰ ਵਾਪਸ ਆਉਂਦਾ ਸੀ, she would ask me what the teacher had taught me. ਤਾਂ ਮੇਰੇ ਕੋ ਪੁੱਛਿਆ ਕਰਦੇ ਸੀ ਕਿ ਅੱਜ ਟੀਚਰ ਨੇ ਤੈਨੂੰ ਕੀ ਪੜ੍ਹਾਇਆ ਹੈ. I would tell her English words and little things of Western science and learning. ਮੈਂ ਉਹਨਾਂ ਨੂੰ ਕੁਝ ਇੰਗਲਿਸ਼ ਦੇ ਵਰਡਸ ਦੱਸਦਾ ਅਤੇ ਪੱਛਮੀ ਵਿਗਿਆਨ ਬਾਰੇ ਦੱਸਦਾ ਜੋ ਮੈਂ ਉੱਥੇ ਸਿੱਖ ਕੇ ਆਉਂਦਾ. ਦ ਲਾਅ ਆਫ ਗ੍ਰੈਵਿਟੀ, ਗੁਰੂਤਾ ਖਿੱਚ ਦਾ ਸਿਧਾਂਤ, ਆਰਕਮੈਡੀਜ਼ ਪ੍ਰਿੰਸੀਪਲ, ਦ ਵਰਲਡ ਬੀਂਗ ਰਾਊਂਡ ਐਟਸੈਟਰਾ. ਮੈਂ ਇਹ ਸਾਰੀਆਂ ਸਾਇੰਟਿਫਿਕ ਗੱਲਾਂ ਉਹਨਾਂ ਨੂੰ ਦੱਸਦਾ. ਦਿਸ ਮੇਡ ਹਰ ਅਨਹੈਪੀ. ਇਹ ਗੱਲਾਂ ਉਹਨਾਂ ਨੂੰ ਉਦਾਸ ਕਰ ਦਿੰਦੀਆਂ. ਸ਼ੀ ਕੁੱਡ ਨੋਟ ਹੈਲਪ ਮੀ ਵਿਦ ਮਾਈ ਲੈਸਨਸ. ਉਹ ਮੇਰੇ ਲੈਸਨ ਵਿੱਚ ਹੈਲਪ ਨਹੀਂ ਕਰ ਪਾਉਂਦੇ ਸਨ. ਸ਼ੀ ਡਿਡ ਨੋਟ ਬਿਲੀਵ ਇਨ ਦ ਥਿੰਗਸ ਦੇ ਟੋਟ ਐਟ ਦਾ ਇੰਗਲਿਸ਼ ਸਕੂਲ. ਉਹ ਇੰਗਲਿਸ਼ ਸਕੂਲ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਚੀਜ਼ਾਂ 'ਤੇ ਬਿਲੀਵ ਨਹੀਂ ਕਰਦੇ ਸਨ, ਵਿਸ਼ਵਾਸ ਨਹੀਂ ਕਰਦੇ ਸਨ. ਐਂਡ ਵਾਜ਼ ਡਿਸਟ੍ਰੈਸਡ ਦੈਟ ਦੇਅਰ ਵਾਜ਼ ਨੋ ਟੀਚਿੰਗ ਅਬਾਊਟ ਗੋਡ ਐਂਡ ਦਾ ਸਕ੍ਰਿਪਚਰਸ. ਅਤੇ ਨਿਰਾਸ਼ ਰਹਿੰਦੇ, ਪਰੇਸ਼ਾਨ ਰਹਿੰਦੇ ਸਨ ਕਿ ਤੁਹਾਡੇ ਸਕੂਲ ਵਿੱਚ ਪਰਮਾਤਮਾ ਬਾਰੇ ਅਤੇ ਪਰਮਾਤਮਾ ਦੇ ਪਾਠ ਬਾਰੇ ਕੋਈ ਵੀ ਚੀਜ਼ ਨਹੀਂ ਪੜ੍ਹਾਈ ਜਾਂਦੀ. One day I announced that we were being given music lessons. ਇੱਕ ਦਿਨ ਮੈਂ ਉਹਨਾਂ ਨੂੰ ਆ ਕੇ ਦੱਸਿਆ ਕਿ ਸਾਨੂੰ ਹੁਣ ਮਿਊਜ਼ਿਕ ਲੈਸਨਸ ਮਿਲਣੇ ਸ਼ੁਰੂ ਹੋਏ ਹਨ. She was very disturbed. ਉਹ ਬਹੁਤ ਡਿਸਟਰਬ ਹੋ ਗਏ. To her, music had lewd associations. Lewd ਹੁੰਦਾ ਅਸ਼ਿਸ਼ਟ, ਅਪਦਰ, ਜਿਹੜਾ ਕਿ ਚੰਗਾ ਨਾ ਹੋਵੇ. ਉਹਨਾਂ ਲਈ ਸੰਗੀਤ ਅਸ਼ਿਸ਼ਟਤਾ ਨਾਲ ਜੁੜਿਆ ਹੋਇਆ ਸੀ. It was the monopoly of harlots and beggars and not meant for gentle folk.
हालत सुनते हैं वेशवावां उन्हां दे विचार अनुसार इस उत्ते भिखारियां अते वेशवावां दी मनोपली है यानी कब्जा है ये उन्हां वास्ते बनया है एंड नॉट मेंट फॉर जेंटल फोक अते इज्जतदार लोकां लई इह नहीं बनया। शी सैड नथिंग बट हर साइलेंस मेंट डिसअप्रूवल उन्होंने कहा कुछ नहीं पर उन्हां दी चुप अप्रवानगी का प्रतीक सी। She really talked to me after that. उस तो बाद में ना कट ही गल करदे सन। When I went up to the university, जदों मैं अगे पढ़न लई यूनिवर्सिटी गया, I was given a room of my own. मैनू मेरा एक अलग कमरा दे दिता गया सी। The common link of our friendship was snapped. Snapped होंदा टुट जाना, किसे रिश्ते विच दरार आ जानी, कड़कड़ाहट भर जानी, कट जाना, उन्हें कहते हैं स्नैप्ड हो गया। सो मेरी अते दादी अम्मा दी फ्रेंडशिप दे विच जो एक कॉमन लिंक सी, वो कॉमन लिंक केड़ा सी? एक सांझा कमरा, ते वो भी हुण कमरा उहदा अपना एक अलग हो गया सी। सो वो भी जिहड़ा कॉमन लिंक सी हुण स्नैप्ड हो गया, कट हो गया। My grandmother accepted her seclusion with resignation. मेरे दादी जी ने अपनी तनहाई, अपना इकल्लापन सारियां तो अलग होके स्वीकार कर लिया सी। She rarely left her spinning wheel to talk to anyone. Spinning wheel होंदा चरखा, ओह किते किते ही अपना चरखा छड़दे सी जदों उन्होंने किसी नाल गल करनी हुंदी सी। From sunrise to sunset, she sat by her wheel, spinning and reciting prayers. सवेर तो शाम तक, सूरज उगण तो सूरज छिपण तक, ओह अपने चरखे दे कोल बैठे रहंदे अते पाठ करदे रहंदे। Only in the afternoon she relaxed for a while to feed the sparrows. सिर्फ दोपहरे ही वह कुछ देर आराम करदे, ओह भी चिड़िया नूं दाणा खवाण लई। While she sat in the veranda, breaking the bread into little bits, जदों ओह वरांडे विच बैठे सी अते ब्रैड तोड़ रहे सी छोटे छोटे टुकड़ियां विच, hundreds of little birds collected around her. किन्ने ही छोटे पंछी उन्हां दे इर्द गिर्द इकट्ठे हो गए सन, creating a veritable bedlam of chirping. So veritable हुंदा सच्चा, यथार्थ, असली, ओके। बैडलम हुंदा हंगामा, उची उची शोर मचाना। कादा बैडलम सी ऑफ चर्पिंग, चिड़ियां दी चहक दा। सो चिड़ियां चहक रही सन पर हाई नोट ते, ओके। जदों दादी अम्मा वेड़े विच ब्रैड दे टुकड़े कर रहे हुंदे ते तां सैकड़े ही चिड़ियां अपने मन दे सच्चे भाव नाल कि उन्हां नूं भुख लगी हुई है ओह उन्हां कोल आंदियां अते चहचहांदियां। सम केम एंड पर्स्ड ऑन हर लैग्स, कुछ आंदियां अते उन्हां दियां लैग्स उत्ते ही बैठ जांदियां। अदरस ऑन हर शोल्डरस, कुछ उन्हां दे मोढ़ियां ते बैठ जांदियां। सम ईवन सैट ऑन हर हैड, कुछ उन्हां दे सिर ते बैठदियां। शी स्माइल्ड बट नैवर शूट दैम अवे, ओह मुस्कुराउंदे सन उन्हां नूं देख के पर उन्हां नूं कदे भी उड़ाउंदे नहीं सन। इट यूज टू बी द हैप्पीएस्ट हाफ आवर ऑफ द डे फॉर हर, यह अक्सर उन्हां लई दिन दा सब तो खुशनुमा अद्धा घंटा हुंदा सी। When I decided to go abroad for further studies, जदों मैं फैसला किया अगलेरी पढ़ाई वास्ते बाहर जाने लई, I was sure my grandmother would be upset. मैनु पक्का यकीन सी कि मेरे दादी जी अपसैट हो जाएंगे। I would be away for 5 years. मैनु 5 साल लई दूर जाना पैना सी। And at her age one could never tell. अते उन्हां दी एज दा कोई भी व्यक्ति अपनियां भावनावां शो नहीं कर सकदा सी। बट माई ग्रैंड मदर कुड, पर मेरे ग्रैंड मदर वो सब कुछ बर्दाश्त कर सके। शी वॉज नॉट इवन सेंटीमेंटल, वह सेंटीमेंटल भी नहीं होए यानी भावुक नहीं होए, वह तो भावुक भी नहीं होए सन। शी केम टू लीव मी एट द रेलवे स्टेशन, वह मैनू रेलवे स्टेशन छड्डन भी आए। बट डिड नॉट टॉक और शो एनी इमोशन, पर उन्होंने गल नहीं की ना ही किसी तरह के कोई भाव शो किते। हर लिप्स मूवड इन प्रेयर्स,
ਉਹਨਾਂ ਦੇ ਬੁੱਲ ਅਰਦਾਸ ਵਿੱਚ ਲੱਗੇ ਹੋਏ ਸਨ। ਹਰ ਮਾਈਂਡ ਵਾਜ਼ ਲੋਸਟ ਇਨ ਪ੍ਰੇਅਰ, ਉਹਨਾਂ ਦਾ ਦਿਮਾਗ ਪ੍ਰੇਅਰ ਵਿੱਚ ਗੁੰਮ ਸੀ। ਹਰ ਫਿੰਗਰਸ ਵਰ ਬਿਜ਼ੀ ਟੈਲਿੰਗ ਦ ਬੀਡਸ ਆਫ ਹਰ ਰੋਜ਼ਰੀ, ਉਹਨਾਂ ਦੀਆਂ ਉਂਗਲੀਆਂ ਮਾਲਾ ਦੇ ਮਣਕੇ ਫੇਰਨ ਵਿੱਚ ਵਿਅਸਤ ਸਨ। ਸਾਇਲੈਂਟਲੀ ਸ਼ੀ ਕਿਸਡ ਮਾਈ ਫੋਰਹੈਡ, ਚੁੱਪ ਚੁੱਪ ਇੱਥੇ ਉਹਨਾਂ ਨੇ ਮੇਰਾ ਮੱਥਾ ਚੁੰਮਿਆ। ਐਂਡ ਵੈਨ ਆਈ ਲੈਫਟ, ਅਤੇ ਜਦੋਂ ਮੈਂ ਉੱਥੋਂ ਨਿਕਲਿਆ, ਆਈ ਚੈਰਿਸ਼ਡ ਦ ਮੋਇਸਟ, ਮੋਇਸਟ ਹੁੰਦਾ ਨਮੀ, ਮੈਂ ਨਮੀ ਮਹਿਸੂਸ ਕਰ ਸਕਦਾ ਸੀ। ਇਮਪ੍ਰਿੰਟ ਜਿਹੜੀ ਕਿ ਛੱਪ ਗਈ ਸੀ, ਐਜ ਪਰਹੈਪਸ ਦ ਲਾਸਟ ਸਾਈਨ ਆਫ ਐਨੀ ਫਿਜ਼ੀਕਲ ਕੰਟੈਕਟ ਬਿਟਵੀਨ ਅਸ, ਸ਼ਾਇਦ ਇਹ ਉਹ ਛਾਪਾ ਸੀ ਜਿਹੜਾ ਸਾਡੇ ਦੋਨਾਂ ਦੇ ਵਿਚਕਾਰ ਆਖਰੀ ਸਾਈਨ ਸੀ ਸਾਡੇ ਫਿਜ਼ੀਕਲ ਕੰਟੈਕਟ ਦਾ।